ਵੈਲਕਮ ਬੈਕ ਗੱਲ ਹੋ ਰਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੜਾਈ ਦੇ ਤਰੀਕੇਕਾਰ ਬਦਲ ਜਾਣਗੇ ਵਾਟਰ ਵਾਰਸ ਹੋਣਗੀਆਂ ਕਲਾਈਮੇਟ ਵਾਰਸ ਹੋਣਗੀਆਂ ਔਰ ਬਾਇਓਲੋਜੀਕਲ ਵਾਰਸ ਹੋਣਗੀਆਂ ਬਾਇਓਲੋਜੀਕਲ ਵਾਰਸ ਤੋਂ ਮੁਰਾਦ ਇਹ ਵੇ ਕਿ ਸਾਡੇ ਪਾਕਿਸਤਾਨ ਦੇ ਵਿੱਚ ਤੇ ਅਸੀਂ ਲੋਕ ਤਾਂ ਸੋਚਦੇ ਹੀ ਨਹੀਂ ਨਾ ਜੀ ਅੱਜ ਪਿੰਡਾਂ ਥਾਵਾਂ ਲੋਕ ਬਹਿ ਕੇ ਗੱਲ ਕਰਦੇ ਨੇ ਆ ਜੀ ਅਮਰੀਕਨ ਸੁੰਡੀ ਕਿੱਥੋਂ ਆਈ ਸੀ ਜਾਂ ਫਲਾਣੀ ਸੁੰਡੀ ਕਿੱਥੋਂ ਆਈ ਸੀ ਇਹ ਕਿਆ ਪਾਕਿਸਤਾਨ ਦੇ ਵਿੱਚ ਜਿਹੜੀ ਡੇਂਗੀ ਬੁਖਾਰ ਏ ਮੱਛਰ ਏ ਇਹਦੇ ਜਰਮਸ ਆਏ ਕਿੱਥੋਂ ਕਿਸ ਤਰ੍ਹਾਂ ਆਏ ਕਿਆ ਖੁਦਾ ਨਾ ਹਾਸਤਾ ਕੋਈ ਬਾਇਓਲੋਜੀਕਲ ਵਾਰ ਦੀ ਹੀ ਕੋਈ ਕੜੀ ਤਾਂ ਨਹੀਂ ਇਹ ਸਾਰਾ ਕੰਮ ਹੈ ਹਕੂਮਤਾਂ ਦਾ ਸੋਚਣਾ ਕਿੱਥੇ ਕਿੱਥੇ ਅਸੀਂ ਵੀਕ ਹਾਂ ਕੁਆਰੰਟੀਨ ਮਈਅਰਸ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਸਾਨੂੰ ਸੋਚਣਾ ਪਏਗਾ ਕਿ ਕਿਆ ਸਾਡੀ ਕਿਤੇ ਕੋਈ ਨੈਗਲੀਜੈਂਸ ਐਸੀ ਤਾਂ ਨਹੀਂ ਕਿਆ ਸਾਡਾ ਕੋਈ ਵਕਤੀ ਫਾਇਦਾ ਐਸਾ ਤਾਂ ਨਹੀਂ ਜਿਹਦੀ ਵਜ੍ਹਾ ਤੋਂ ਅਸੀਂ ਪੂਰੀ ਕੌਮ ਨੂੰ ਐਟ ਸਟੇਕ ਕਰਤਾ ਰਿਸਕ ਦੇ ਵਿੱਚ ਪਾਤਾ ਇਹ ਸਾਰੀਆਂ ਗੱਲਾਂ ਜ਼ਰੂਰ ਨੇ ਕਰਨ ਵਾਲੀਆਂ ਲੇਕਿਨ ਕਿਉਂਕਿ ਹੁਣ ਡੈਂਗੀ ਪਾਕਿਸਤਾਨ ਦੇ ਵਿੱਚ ਵਬਾਅ ਦੇ ਤੌਰ 'ਤੇ ਆ ਗਿਆ ਇਹਨੂੰ ਕੰਟਰੋਲ ਕਰਨ ਵਾਸਤੇ ਮੈਂ ਡਾਕਟਰ ਸਲੀਮ ਸਾਹਿਬ ਨੂੰ ਪੁੱਛ ਰਿਹਾ ਸਾਂ ਕਿ ਕਿੱਥੇ ਆਂਡੇ ਦਿੰਦੀ ਇਹਦੀ ਮੱਛਰੀ ਕਿੰਨੇ ਦਿਨਾਂ 'ਚ ਲਾਰਵੀ ਹੋ ਜਾਂਦੇ ਨੇ ਔਰ ਇਸ ਵੇਲੇ ਤਾਂ ਬੜੀ ਅੱਛੀ ਗੱਲ ਇਹ ਵੇ ਕਿ ਹਰ ਸਕੂਲ ਕਾਲਜ ਦੇ ਵਿੱਚ ਆਫਿਸਿਸ ਦੇ ਵਿੱਚ ਮੈਗਨੀਫਾਈਂਗ ਲੈਂਸ ਜਿਹੜੇ ਨੇ ਉਹ ਭਿਜਵਾ ਦਿੱਤੇ ਗਏ ਨੇ ਤਾਂ ਕਿ ਡਿਟੈਕਟ ਕਰ ਸਕੀਏ ਕਿ ਲਾਰਵਾ ਮੌਜੂਦ ਤਾਂ ਨਹੀਂ ਔਰ ਜਿੱਥੇ ਲਾਰਵਾ ਮੌਜੂਦ ਹੈ ਉਹਨੂੰ ਜੁਰਮਾਨਾ ਹੋ ਰਿਹਾ ਔਰ ਇਹਦੇ ਨਾਲ ਨਾਲ ਹੁਣ ਮੇਰਾ ਖਿਆਲ ਹੈ ਕਿ ਸਾਨੂੰ ਦੇਖੋ ਜਾਣਾ ਪਏਗਾ ਕਿ ਅਸੀਂ ਆਪਣੇ ਆਪ ਨੂੰ ਖੁਦ ਬਚਾਉਣਾ ਔਰ ਹਰ ਘਰ 'ਚ ਹੁਣ ਸ਼ੀਸ਼ਾ ਜਿਹਾ ਵੱਡਾ ਹੋਣਾ ਚਾਹੀਦਾ ਤਾਂ ਕਿ ਮਹਿਕਮਾਨਾ ਤੌਰ 'ਤੇ ਡਿਟੈਕਸ਼ਨ ਦੀਆਂ ਟੀਮਸ ਤਾਂ ਜ਼ਰੂਰ ਜਾਂਦੀਆਂ ਨੇ ਲੇਕਿਨ ਅਸੀਂ ਆਪਣੇ ਤੌਰ 'ਤੇ ਵੀ ਵਾਚ ਕਰਦੇ ਰਹੀਏ ਕਿ ਖੁਦਾ ਨਾ ਖਾਸਾ ਸਾਡੇ ਘਰ ਕੋਈ ਲਾਰਵੀ ਮੌਜੂਦ ਤਾਂ ਨਹੀਂ ਜਿੱਥੇ ਇੰਨੇ ਰੁਪਈਏ ਖਰਚਣ ਡੇ ਆ ਵੀ ਖਰਚਣੇ ਪੈਣੇ ਨੇ ਇਹੀ ਮਾਰਕੀਟ ਹੈ ਪਤਾ ਨਹੀਂ ਸੌਦੇ ਵੇਚਣ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਹੈ ਪਤਾ ਨਹੀਂ ਕੌਮਾਂ ਤਬਾਹ ਕਰਨ ਵਾਸਤੇ ਕੀਤਾ ਜਾਂਦਾ ਹੈ ਪਤਾ ਨਹੀਂ ਇਹ ਕੋਈ ਐਂਟੀ ਪਾਕਿਸਤਾਨ ਐਕਟੀਵਿਟੀ ਹੈ ਜਾਂ ਕੋਈ ਸਾਡਾ ਬਹੁਤ ਵੱਡਾ ਕੁਦਰਤੀ ਤੌਰ 'ਤੇ ਇਮਤਿਹਾਨ ਹੈ ਜੀ ਡਾਕਟਰ ਸਾਹਿਬ ਗੱਲ ਕਰ ਰਹੇ ਸਾਂ ਅਸੀਂ ਕਿ ਹੁਣ ਇਹ ਆ ਗਈ ਕੋਈ ਇਹਨੂੰ ਲਾਰਵੇ ਨੂੰ ਮਾਰਨ ਵਾਸਤੇ ਕੋਈ ਦਵਾਈ ਕਿਹੋ ਜਿਹੀ ਹੈ ਇਹਦੇ ਮੱਛਰ ਨੂੰ ਕੰਟਰੋਲ ਕਰਨ ਵਾਸਤੇ ਕੋਈ ਦਵਾਈ ਕਿਹੋ ਜਿਹੀ ਹੈ ਉਹਦੀ ਐਪਲੀਕੇਸ਼ਨ ਟੈਕਨੀਕਸ ਕੀ ਨੇ ਅਸਾਂ ਬੰਦੇ ਨਹੀਂ ਮਾਰਨੇ ਅਸਾਂ ਮੈਂ ਅਰਜ਼ ਕਰ ਰਿਹਾ ਸਾਂ ਜਿਵੇਂ ਪਿਛਲੇ ਸਾਲ ਲੋਕਾਂ ਨੇ ਬਕਾਇਦਾ ਤੌਰ 'ਤੇ ਉਹ ਰਿਕਸ਼ਿਆਂ ਵਾਲਿਆਂ ਨੇ ਡੀਜ਼ਲ ਜਿੱਥੇ ਮੋਬਾਇਲ ਪਾਉਂਦੇ ਨੇ ਨਾ ਜੀ ਮੇਰੇ ਪ੍ਰੋਗਰਾਮ 'ਚ ਸਾਰੇ ਲੋਕ ਦੇਖ ਰਹੇ ਹੁੰਦੇ ਨੇ ਔਰ ਸਮਝਦੇ ਨੇ ਪਿਛਲੇ ਸਾਲ ਅਖਬਾਰਾਂ 'ਚ ਆ ਗਿਆ ਸੀ ਕਿ ਜਨਾਬ ਇੱਕ ਰਿਕਸ਼ੇ ਵਾਲਾ ਉਹਨੇ ਮੋਬਾਇਲ ਜਿੱਥੇ ਪਾਈਦਾ ਉਹਦਾ ਰਿਕਸ਼ਾ ਧੂੰ ਕਰਦਾ ਸੀ ਉਹਦੇ 'ਚ ਉਹਨੇ ਦਵਾਈ ਪਾ ਕੇ ਮਾਲਿਆਂ 'ਚ ਫਿਰਨਾ ਸ਼ੁਰੂ ਕਰਤਾ ਧੂੰ ਹੀ ਧੂੰ ਗਲੇ ਪੱਕੇ ਔਰ ਉਹ ਲੋਕ ਜਿੱਥੇ ਬਿਮਾਰੀ ਨਹੀਂ ਸੀ ਲੋਕ ਖੰਘ ਨਾਲ ਮਰ ਚੱਲੇ ਸਨ ਔਰ ਦੂਸਰਾ ਵੇਖਣ 'ਚ ਆ ਰਿਹਾ ਕਿ ਜਨਾਬ ਇਹ ਬੜੇ ਪੋਸ਼ ਇਲਾਕਿਆਂ ਦੀ ਬਿਮਾਰੀ ਹੈ ਅਸੀਂ ਇਹ ਸਮਝਦੇ ਹਾਂ ਕਿ ਇਹ ਪਤਾ ਨਹੀਂ ਗਰੀਬ ਮਹੱਲਿਆਂ 'ਚ ਨਹੀਂ ਆਉਣੀ ਇਹ ਬੜੀ ਅਜੀਬ ਜਿਹੀ ਚੀਜ਼ ਬਣ ਗਈ ਹੈ ਸਰ ਉਹ ਸਾਹਿਬ ਇਹਦੇ 'ਚ ਅਸਲ 'ਚ ਇਹ ਮੁਸ਼ਕਿਲ ਆ ਡਿਫਰੈਂਸ਼ੀਏਟ ਕਰਨਾ ਕਿ ਜੀ ਇਹ ਕਿਸ ਇਲਾਕੇ 'ਚ ਹੋਏਗੀ ਕਿਸ ਨਹੀਂ ਜਿੱਥੇ ਪਾਣੀ ਖੜਾ ਹੋਏਗਾ ਜਿੱਥੇ ਇਹਦੇ ਅਫਜ਼ਾਇਸ਼ ਨਸਲ ਲਈ ਮੱਛਰ ਨੂੰ ਮੌਕਾ ਮਿਲੇਗਾ ਨਹੀਂ ਉੱਥੇ ਕਰ ਦੇਣੀ ਆ ਔਰ ਉੱਥੋਂ ਫਿਰ ਅੱਗੇ ਜਿਹੜੀ ਹੈ ਨਾ ਇਹ ਬਿਮਾਰੀ ਚੱਲ ਸਕਦੀ ਆ ਅੱਛਾ ਲੇਕਿਨ ਇਹਦੇ ਲਈ ਦੇਖੋ ਜ਼ਰੂਰੀ ਇਹ ਹੁੰਦਾ ਵਾ ਕਿ ਤੁਸੀਂ ਜਿਹੜਾ ਵੀ ਮੱਛਰ ਆ ਜਾਂ ਕੋਈ ਵੀ ਜਿਹੜਾ ਕੀੜਾ ਮਾਰਨਾ ਉਹਦਾ ਲਾਈਫ ਸਾਈਕਲ ਕਿਸੇ ਸਟੇਜ ਤੇ ਬ੍ਰੇਕ ਕਰ ਲਓ ਤੇ ਇਹਦਾ ਮਤਲਬ ਇਹ ਹੋਗਾ ਕਿ ਉਹਦੀ ਅੱਗੇ ਨਸਲ ਜਿਹੜੀ ਉਹ ਨਹੀਂ ਵਧੇਗੀ ਉਹ ਕੰਟਰੋਲ ਹੋ ਜਾਂਦਾ ਵਾ ਇਹਦੇ 'ਚ ਵੀ ਇਸ ਤਰ੍ਹਾਂ ਹੀ ਹੈ ਕਿ ਇਹਦੇ 'ਚ ਦੋਨੋਂ ਤਰੀਕੇ ਹੋ ਸਕਦੇ ਨੇ ਕਿ ਜੀ ਅਗਰ ਤੁਹਾਨੂੰ ਪਤਾ ਲੱਗ ਜਾਏ ਕਿ ਕਿਤੇ ਲਾਰਵਾ ਹੈਗਾ ਵਾ ਉੱਥੇ ਵੀ ਕੰਟਰੋਲ ਅਸੀਂ ਕਰ ਸਕਦੇ ਹਾਂ ਔਰ ਅਗਰ ਨਾ ਪਤਾ ਲੱਗੇ ਮੱਛਰ ਜਿਹੜਾ ਹੈ ਤੁਹਾਨੂੰ ਨਜ਼ਰ ਆਉਂਦਾ ਹੋਵੇ ਉਹਦੇ ਲਈ ਵੀ ਅਸੀਂ ਦਵਾਈਆਂ ਜਿਹੜੀਆਂ ਨੇ ਉਹ ਸਪਰੇ ਕਰ ਸਕਦੇ ਹਾਂ ਸਾਡੇ ਕੋਲ ਵੀ ਬੜੀਆਂ ਅੱਛੀਆਂ ਦਵਾਈਆਂ ਨੇ ਕਿਉਂਕਿ ਇਹਦੇ ਲਈ ਸਭ ਨਾਲ ਦੋ ਚੀਜ਼ਾਂ ਇਹਦੇ ਸਭ ਨਾਲ ਤੁਸੀਂ ਦੱਸਿਆ ਕਿ ਲਾਈਫ ਸਾਈਕਲ ਨੂੰ ਅਸੀਂ ਬ੍ਰੇਕ ਕਰਨਾ ਹੈ ਹਾਂਜੀ ਹੁਣ ਇੱਕ ਤੇ ਵੇ ਕਿ ਓਵੀਸਾਈਡਲ ਕੁਝ ਚੀਜ਼ਾਂ ਨੇ ਲਾਰਵੀਸਾਈਡਲ ਕੁਝ ਚੀਜ਼ਾਂ ਨੇ ਜਾਂ ਇਨਸੈਕਟ ਅਡਲਟ ਸਟੇਜ ਤੇ ਕੰਟਰੋਲ ਕਰਨ ਵਾਸਤੇ ਮੈਂ ਉਸੇ ਪਾਸੇ ਆ ਰਿਹਾ ਅਗਰ ਇੱਕ ਮਿੰਟ ਤੁਸੀਂ ਮੈਨੂੰ ਇਜਾਜ਼ਤ ਦਿਓ ਮੈਂ ਸਾਰੇ ਇਹ ਸਮਝਾ ਸਾਰੀ ਚੀਜ਼ ਜਿਹੜੀ ਨਾ ਬਿਆਨ ਕਰ ਦੇਣਾ ਅਸਲ 'ਚ ਨਾ ਜੀ ਦਵਾਈਆਂ ਜਿਹੜੀਆਂ ਨੇ ਨਾ ਜਿੱਦਾਂ ਮੈਂ ਪਹਿਲੇ ਜ਼ਿਕਰ ਕੀਤਾ ਸੀ ਸੇਫ ਹੋਣੀਆਂ ਚਾਹੀਦੀਆਂ ਹੁਣ ਇਸ ਵੇਲੇ ਸਾਡੇ ਕੰਪਨੀ ਫੋਰ ਬ੍ਰਦਰਸ ਕੋਲ ਵੀ ਜਿਹੜੀਆਂ ਹੈ WHO ਤੋਂ ਜਿਹੜੀਆਂ ਅਪਰੂਵਡ ਦਵਾਈਆਂ ਨੇ ਉਹ ਸਾਡੇ ਕੋਲ ਕਿੰਨੀਆਂ ਸਾਰੀਆਂ ਮੌਜੂਦ ਨੇ ਜਿਹੜੀਆਂ ਕਿ ਇਸ ਮੱਛਰ ਦਾ ਤਦਾਰਕ ਕਰ ਸਕਦੀਆਂ ਨੇ ਔਰ ਉਹਦੇ ਵਿੱਚ ਸਾਡੇ ਕੋਲ ਮਸਲਨ ਇੱਕ ਅਸੀਂ ਜਿਹੜੀ ਆਮ ਜਿਹੜੀ ਬੜੀ ਅੱਛੀ ਦਵਾਈ ਇੱਕ ਹੈ ਡੀਮੈਟ ਦੇ ਨਾਂ 'ਤੇ ਹੈ 1.5 EC ਡੈਲਟਾ ਮੈਥਰੀਨ ਇਹਦਾ ਸਪਰੇ ਬੜਾ ਅੱਛਾ ਹੋ ਸਕਦਾ ਪਾਣੀ 'ਚ ਮਿਕਸ ਕਰਕੇ ਇਸੇ ਤਰ੍ਹਾਂ ਹੀ ਸਾਡੇ ਇੱਕ ਹੋਰ ਦਵਾਈ ਹੈ ਫਲੇਅਰ ਹੈ ਜਾਂ ਉਹਨੂੰ ਤੁਸੀਂ ਇਹ ਕਹਿ ਲਓ ਕਿ ਐਲਫਾ ਸਾਈਪਰ ਮੈਥਰੀਨ ਹੈ ਉਹਦਾ ਸਪਰੇ ਜਿਹੜਾ ਹੈ ਘਰਾਂ ਦੇ ਵਿੱਚ ਕੀਤਾ ਜਾ ਸਕਦਾ ਵਾ ਇਸੇ ਤਰ੍ਹਾਂ ਹੀ ਟੇਕ ਰੈਕ ਦਵਾਈ ਇਹ ਪਰ ਮੈਥਰੀਨ ਹੈ ਇਹ ਵੀ ਕਾਫੀ ਸੇਫ ਦਵਾਈ ਹੈ ਇਹਦਾ ਸਪਰੇ ਕੀਤਾ ਜਾ ਸਕਦਾ ਤੇ ਕ੍ਰਸਟਰ ਆ ਇੱਕ ਦਵਾਈ ਲੈਮਡਾ ਸਾਈ ਹੈਲੋਥਰੇਨ ਇਹਦਾ ਐਕਟਿਵ ਇਨਗਰੀਡੀਐਂਟ ਹੁੰਦਾ ਇਹਦੇ ਚੋਂ ਸਾਸ਼ੇ ਮਿਲਦੇ ਨੇ ਇੱਕ ਸਾਸ਼ੇ ਜਿਹੜਾ ਹੈ ਤੁਸੀਂ
10 ਲੀਟਰ ਪਾਣੀ ਚ ਪਾ ਕੇ ਉਹਨੂੰ ਮਿਕਸ ਕਰਕੇ ਆਮ ਸਪਰੇਅ ਮਸ਼ੀਨ ਜਿਹੜੀ ਆ ਉਹਦੇ ਨਾਲ ਸਪਰੇਅ ਕਰ ਰਹੇ ਹਾਂ ਮੱਛਰ ਮਾਰਨ ਵਾਲੀ ਸਪਰੇਅ ਮਸ਼ੀਨ ਹੈ ਉਹਦੇ ਨਾਲ ਵੀ ਹੋ ਸਕਦਾ ਲੇਕਿਨ ਇਹ ਹੈ ਕਿ ਕਿਉਂਕਿ ਤੁਸੀਂ ਸਾਰੇ ਘਰ ਨੂੰ ਕਰਨਾ ਹੁੰਦਾ ਇਸ ਤੋਂ ਜ਼ਰਾ ਥੋੜੀ ਵੱਡੀ ਮਸ਼ੀਨ ਚ ਪਾ ਕੇ ਕਰ ਲਓ ਤੇ ਉਹ ਵੀ ਜਿਹੜਾ ਹੈ ਲੇਕਿਨ ਇਹ ਹੈ ਕਿ ਜੇ ਛੋਟਾ ਕੰਟੇਨਰ ਯੂਜ਼ ਜੇ ਛੋਟੀ ਮਸ਼ੀਨ ਯੂਜ਼ ਕਰਨੀ ਹੋਵੇ ਤਾਂ ਫਿਰ ਉਹਦੇ ਹਿਸਾਬ ਨਾਲ ਇਹਦੀ ਡੋਜ਼ ਉਹਦੇ ਹਿਸਾਬ ਨਾਲ ਪਾਣੀ ਯਾਨੀ 10 ਲੀਟਰ ਪਾਣੀ ਵਾਸਤੇ ਇੱਕ ਸਾਸ਼ੇ ਕਾਫੀ ਇੱਕ ਸਾਸ਼ੇ ਜਿਹੜਾ ਵਾ ਹੁਣ ਉਹ ਹੁਣ ਤੁਸੀਂ ਦੇਖ ਲਓ 10 ਲੀਟਰ ਚ ਮਿਕਸ ਕਰਕੇ ਉਹ ਜਿਹੜੀ ਵੀ ਚੀਜ਼ ਨਾਲ ਸਪਰੇਅ ਕਰਨੀ ਹੈ ਉਹਨੂੰ ਕਰ ਲਓ ਅੱਛੀ ਤਰ੍ਹਾਂ ਅੱਛਾ ਕਰਕੇ ਤੇ ਜਿਹੜਾ ਬਾਹਰ ਜਿੰਨਾ ਇਲਾਕਾ ਤੁਹਾਡਾ ਹੈ ਉਹ ਵੀ ਸਾਰਾ ਅੱਛੀ ਤਰ੍ਹਾਂ ਸਪਰੇਅ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਮੱਛਰ ਜਿਹੜਾ ਹੈਗਾ ਵਾ ਇਹਦੇ ਜਿਹੜੇ ਅਡਲਟ ਹੁੰਦੇ ਨੇ ਉਹ ਕਿਸੇ ਜਗ੍ਹਾ ਵੀ ਛੁਪ ਸਕਦਾ ਵਾ ਇਸ ਤੋਂ ਅਗਰ ਬਾਹਰ ਵੀ ਸਾਰਾ ਹੋ ਜਾਏ ਔਰ ਜਿੰਨਾ ਅੰਦਰ ਤੁਹਾਡਾ ਹੈ ਸਾਰਾ ਉਹਨੂੰ ਕਰਕੇ ਤੇ ਅੰਦਰ ਜਿਹੜੇ ਕਮਰੇ ਨੇ ਉਹਨਾਂ 'ਚ ਵੀ ਸਪਰੇਅ ਕਰਕੇ ਤੇ ਉਹਨਾਂ ਨੂੰ ਬੰਦ ਕਰ ਦਿਓ 2 ਘੰਟੇ ਬੰਦ ਰਹਿਣ ਦਿਓ ਮੁੜ ਕੇ ਥੋੜੀ ਦੇਰ ਉਹਨੂੰ ਖੋਲ ਦਿਓ ਤੇ ਬਸ ਉਹ ਫਿਰ ਇਹ ਜਿਹੜਾ ਅੱਛਾ ਡਾਕਟਰ ਮੈਂ ਪੁੱਛਣਾ ਇਹ ਸੀ ਕਿ ਸਾਡੀ ਜਿਹੜੀ ਅਸੀਂ ਦਵਾਈਆਂ ਤੁਸੀਂ ਜਿਨ੍ਹਾਂ ਦੇ ਨਾਮ ਲਏ ਨੇ ਹਾਂਜੀ ਇਹਦਾ ਅਸਰ ਕਿੰਨੇ ਦਿਨ ਰਹਿੰਦਾ ਕਿਆ ਬੋਤਲ ਜਿਹੜੀ ਮੈਨੂੰ ਪਤਾ ਲੱਗਿਆ ਕਿ ਕੋਈ ਦਵਾਈਆਂ ਐਸੀ ਵੀ ਨੇ ਸਪਰੇਅ ਕਰਦੇ ਹੋ ਤੇ ਉਹ ਪਤਾ ਨਹੀਂ ਲੱਗਦਾ ਲੇਕਿਨ ਇਹ ਵੀ ਕਿ 15 20 ਦਿਨ ਜਦੋਂ ਵੀ ਕੋਈ ਮੱਛਰ ਦੇ ਉੱਤੇ ਬਹਿਣਾ ਉਹ ਮਰ ਜਾਂਦਾ ਹਾਂਜੀ ਇਦਾਂ ਹੀ ਹੁੰਦੀ ਹੈ ਐਸੇ ਤੋਂ ਹੀ ਇਹਨੂੰ ਨਾ ਜੀ ਇਨਡੋਰ ਰੈਜ਼ੀਡਲ ਸਪਰੇਅ ਵੀ ਐਸੇ ਤੋਂ ਹੀ ਕਹਿੰਦੇ ਆ ਇਹਦੀ ਐਲਡੀ 50 ਔਰ ਸਾਰੀ ਦੇਖੋ ਇਹਨਾਂ ਦੀ ਐਲਡੀ 50 ਜਿਹੜੀ ਉਹ ਤਾਂ ਬੜੀ ਹਾਈ ਹੁੰਦੀ ਆ ਹਾਈ ਦਾ ਮਤਲਬ ਇਹ ਕਿ ਦਵਾਈਆਂ ਬਹੁਤ ਮਹਿਫੂਜ਼ ਨੇ ਸੇਫ ਨੇ ਠੀਕ ਹੈ ਇਸ ਕਰਕੇ ਉਹ ਤਾਂ ਕੋਈ ਮਸਲਾ ਨਹੀਂ ਇਹ ਰਿਕਮੈਂਡ ਹੀ ਤਾਂ ਕੀਤੀਆਂ ਗਈਆਂ ਮਸਲਾ WHO ਫਲੇਅਰ ਆ ਜਾਂ ਇਸ ਤਰ੍ਹਾਂ ਦੀਆਂ ਜਿੰਨੀਆਂ ਦਵਾਈਆਂ ਨੇ ਮੈਂ ਨਾਮ ਦੱਸੇ ਤੁਹਾਨੂੰ ਜਾਂ ਕ੍ਰਸਟਰ ਹੈ ਇਹ ਜਿੰਨੀਆਂ ਨੇ ਨਾ ਜੀ ਇਹ ਸੇਫ ਨੇ ਇਸ ਕਰਕੇ ਇਹਨਾਂ ਨੂੰ WHO ਨੇ ਵੀ ਰਿਕਮੈਂਡ ਕੀਤਾ ਕਿ ਜੀ ਇਹ ਘਰਾਂ ਦੇ ਸਪਰੇਅ ਹੋ ਸਕਦੀ ਆ ਇਸ ਕਰਕੇ ਉਹ ਤੇ ਕੋਈ ਇਸ਼ੂ ਨਹੀਂ ਲੇਕਿਨ ਇਹ ਹੈ ਕਿ ਜਦੋਂ ਤੁਸੀਂ ਇਹਨੂੰ ਸਪਰੇਅ ਕਰ ਲੈਂਦੇ ਹੋ ਇਹਦਾ ਅਸਰ ਵੀ ਖਾਸੀ ਅਰਸਾ ਜਿਹੜਾ ਨਾ ਉਹ ਘਰ ਦੇ ਅੰਦਰ ਰਹਿੰਦਾ ਮੱਛਰ ਜਦੋਂ ਉੱਤੇ ਬੈਠਦਾ ਉਹ ਜਿਹੜਾ ਨਾ ਉਹ ਆਮ ਤੌਰ ਤੇ ਅਸੀਂ ਪਿੰਡਾਂ ਤੋਂ ਜਦੋਂ ਦਵਾਈ ਸਪਰੇਅ ਕਰਦੇ ਹਾਂ ਜੀ ਫਸਲਾਂ ਤੇ ਸਾਨੂੰ ਪਤਾ ਲੱਗ ਜੀ ਇਸ ਦਵਾਈ ਦਾ ਅਸਰ 7 ਦਿਨ ਰਹਿਣਾ ਇਹਦਾ 15 ਦਿਨ ਰਹਿਣਾ ਹੈ ਤੇ ਉਹੀ ਹੈ ਨਾ ਜੀ ਸਾਈਪਰਮੈਥ੍ਰਿਨ ਡੈਲਟਾ ਮੈਥ੍ਰਿਨ ਐਲਫਾ ਸਾਈਪਰਮੈਥ੍ਰਿਨ ਲੈਂਬਡਾ ਸਾਈਹਲੋਥ੍ਰਿਨ ਉਹ ਹੀ ਦਵਾਈਆਂ ਨੇ ਇਹਦਾ ਕਰਾਂ ਜੀ ਸਪਰੇਅ ਕਰਦੇ ਆ ਇਹਦੀ ਜਿਹੜੀ ਨਾ ਜੀ ਇੱਕ ਤੇ ਫਾਰਮੂਲੇਸ਼ਨ ਥੋੜੀ ਜੀ ਡਿਫਰੈਂਟ ਹੁੰਦੀ ਆ ਹਾਂ ਮੈਂ ਇਹ ਹੀ ਪੁੱਛਣ ਲੱਗਾ ਸਾਂ ਤੇ ਇਹਨਾਂ ਦੀ ਜਿਹੜੀ ਹੈ ਉਹ ਜ਼ਰਾ ਦੂਜੀਆਂ ਜਿਹੜੀਆਂ ਫੀਲਡ 'ਚ ਹੁੰਦੀਆਂ ਨੇ ਉਹਨਾਂ ਨਾਲੋਂ ਜ਼ਰਾ ਸੇਫ ਬਣਾਈਆਂ ਜਾਂਦੀਆਂ ਨੇ ਤਾਂ ਕਿ ਘਰਾਂ ਦੇ ਵਿੱਚ ਇਸਤੇਮਾਲ ਹੋ ਸਕਣ ਔਰ WHO ਦੇ ਜਿਹੜੇ ਸਟੈਂਡਰਡ ਨੇ ਉਹ ਅਸੀਂ ਫਾਲੋ ਕਰਕੇ ਇਹਨਾਂ ਨੂੰ ਬਣਾਉਂਦੇ ਆ ਇਸ ਕਰਕੇ ਨਾ ਜੀ ਇਹਨਾਂ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਾਹਿਰ ਹੈ ਉਹ ਸੇਫ ਹੁੰਦਾ ਵਾ ਔਰ ਉਹਨਾਂ ਨੂੰ ਕਰਕੇ ਤੇ ਮੁੜ ਕੇ ਇਹਤਿਆਤ ਸਿਰਫ ਇਹ ਕਰਨੀ ਆ ਕਿ ਜੀ ਜਿਸ ਵੇਲੇ ਸਪਰੇ ਕਰਨੀ ਆ ਉਸ ਵੇਲੇ ਕੋਈ ਬੱਚੇ ਜਾਂ ਬੰਦੇ ਜਿਹੜੇ ਨੇ ਉਹ ਥੋੜੀ ਦੇਰ ਲਈ ਬਾਹਰ ਰਹਿ ਜਾਣ 2 ਘੰਟੇ ਕਮਰੇ 'ਚ ਕੋਈ ਆ ਗਈ ਸਾਡੀ ਡੋਜ਼ ਦਾ ਦਵਾਈ ਦਾ ਨਾਮ ਹੁਣ ਆ ਗਈ ਐਪਲੀਕੇਸ਼ਨ ਟੈਕਨੀਕਸ ਹਾਂਜੀ ਹੈ ਸਰ ਮੈਨੂੰ ਯਾਦ ਹੈ ਪਿਛਲੇ ਸਾਲ ਬਕਾਇਦਾ ਤੌਰ ਤੇ ਇੱਕ ਅਸੀਂ ਮੋਟਰਾਈਜ਼ ਮਸ਼ੀਨਾਂ ਸਨ ਉਹ ਧੂੰਈਆਂ ਸੁੱਟਦੀਆਂ ਸਨ ਕਮਰੇ ਦੇ ਵਿੱਚ ਇੱਕ ਉਹ ਜਿਹੜੀਆਂ ਬਾਜ਼ਾਰਾਂ 'ਚ ਲੰਮੀ ਜੀ ਗੰਧ ਲੈ ਕੇ ਫਿਰਦੇ ਸਨ ਪਿਓ ਮਸ਼ੀਨਾਂ ਫਿਊਮੀਗੇਸ਼ਨ ਕਰਦੇ ਸੀ ਦੋ ਤਰੀਕੇ ਨੇ ਜੀ ਆਮ ਤੌਰ ਤੇ ਜਿਹੜੇ ਯੂਜ਼ ਹੁੰਦੇ ਨੇ ਇੱਕ ਹੁੰਦੀ ਸਪਰੇਅ ਇੱਕ ਹੁੰਦੀ ਫਿਊਮੀਗੇਸ਼ਨ ਥਰਮਲ ਫਿਊਮੀਗੇਸ਼ਨ ਕਹਿੰਦੇ ਨੇ ਉਹਨੂੰ ਕਿ ਜੀ ਉਹਦੀ ਮਸ਼ੀਨ 'ਚ ਤੁਸੀਂ ਦੇਖਿਆ ਹੋਣਾ ਉਹਦੇ 'ਚ ਡੀਜ਼ਲ ਪਾਇਆ ਨਾਲ ਦਵਾਈ ਪਾਈ ਉਹਨੂੰ ਕੀਤਾ ਉਹ ਜਿਹੜਾ ਧੂੰ ਬਣਿਆ ਉਹਦਾ ਅੱਗ ਲੱਗੀ ਤੇ ਉਹ ਜਿਹੜਾ ਨਾ ਸਾਰੇ ਏਰੀਏ ਦੇ ਵਿੱਚ ਫੈਲ ਗਈ ਤੇ ਦੂਸਰੀ ਜਿਹੜੀ ਸਪਰੇਅ ਹੈ ਮੇਰਾ ਖਿਆਲ ਆ ਕਿ ਜਿਹੜੀ ਸਾਨੂੰ ਸਪਰੇਅ ਹੈ ਨਾ ਇਹ ਜ਼ਿਆਦਾ ਕਰਨੀ ਚਾਹੀਦੀ ਆ ਥਰਮਲ ਫੋਗਿੰਗ ਜਿਹੜੀ ਆ ਉਹ ਅਵਾਇਡ ਕਰਨੀ ਚਾਹੀਦੀ ਆ ਹੁਣ ਯਾਨੀ ਜਿਹੜੀ ਅਸੀਂ ਗਲੀਆਂ ਦੇ ਵਿੱਚ ਉਹ ਫੋਗ ਔਰ ਧੂੰ ਜਾਂ ਖਲਾਰਨ ਦੇ ਆ ਉਹ ਤੋਂ ਬਹੁਤ ਬਿਹਤਰ ਹੈ ਕਿ ਅਸੀਂ ਜਿਹੜੀ ਜਿੱਥੇ ਟਾਰਗੇਟਡ ਸਪਰੇਅ ਕਰ ਲਈਏ ਜਿੱਥੇ ਸਾਨੂੰ ਸ਼ੱਕ ਆ ਜਾਂ ਜਿਹੜੇ ਘਰ ਦੇ ਵਿੱਚ ਕਰਨੀ ਆ ਔਰ ਬਾਕੀ ਜਗ੍ਹਾ ਤੇ ਅਸੀਂ ਸਫਾਈ ਅਪਣਾਈਏ ਪਾਣੀ ਖੜਾ ਨਾ ਹੋਣ ਦਈਏ ਤੇ ਅਸੀਂ ਇਸ ਮੱਛਰ ਨੂੰ ਕਾਬੂ ਕਰ ਸਕਦੇ ਹਾਂ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਗੱਲ ਹੈ ਸਾਡੇ ਘਰਾਂ ਜਿਵੇਂ ਤੁਸੀਂ ਫਰਮਾਇਆ ਕਿ ਜਦੋਂ ਘਰ ਸਪਰੇਅ ਕਰਨੇ ਆ ਅਸੀਂ